ਅਵਦੀਪ, ਤੁਸੀਂ ਅੱਜ ਗਏ ਸੀ ਇੰਟਰਵਿਊ, ਕਿੱਦਾਂ ਹੋਇਆ, ਕਿਸ ਤਰ੍ਹਾਂ ਹੋਇਆ, ਥੋੜਾ ਦੱਸੋਗੇ ਪਲੀਜ਼, ਕਿਸ ਤਰ੍ਹਾਂ ਐਕਸਪੀਰੀਅੰਸ ਰਿਹਾ? ਸਰ ਵਧੀਆ ਰਿਹਾ। ਜਾਂਦੇ ਸਰ ਉਹਨਾਂ ਨੇ ਕਿੱਦਾਂ ਤੁਹਾਨੂੰ ਮਤਲਬ ਵੈਲਕਮ ਕਰਕੇ ਕੀ ਪੁੱਛਿਆ, ਜਿਹੜਾ ਥੋੜਾ ਜਿਹਾ ਕਲੈਰੀਫਾਈ ਕਰੋ ਕਿ ਕਿਸ ਤਰ੍ਹਾਂ ਕੁਐਸਚਨਸ ਆਏ। ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਪੁੱਛਿਆ ਵੀ ਤੁਸੀਂ ਆਊਟ ਆਫ ਇੰਡੀਆ ਕਿਤੇ ਗਏ ਹੋ। ਓਕੇ, ਹਾਂਜੀ, ਉਹ ਫਿਰ ਮੈਂ ਦੱਸਿਆ ਮੈਂ ਦੁਬਈ ਗਿਆ ਹੋਇਆ ਸੀ ਵਾਈਫ ਦੇ ਨਾਲ, ਉਹ ਮੈਂ ਸਾਰਾ ਦੱਸਤਾ। ਉਸ ਤੋਂ ਬਾਅਦ ਬਸ ਵਾਈਫ ਦੇ ਬਾਰੇ ਕੁਐਸਚਨ ਕੀਤੀ, ਉਹਨਾਂ ਨੇ ਸਾਰਾ ਪੁੱਛਿਆ ਵੀ ਕਦੋਂ ਗਏ, ਕਦੋਂ ਮੈਰਿਜ ਹੋਈ, ਕਦੋਂ ਉਹ ਇੰਡੀਆ ਆਏ ਸੀ ਤੁਹਾਡੇ ਕੋਲੇ ਵੀ ਮਿਲਣ। ਫਿਰ ਉਹਨਾਂ ਨੇ ਉਸੇ ਵਿੱਚ ਕਿਹਾ ਵੀ ਤੁਸੀਂ ਉਦੋਂ ਹੀ ਦੁਬਈ ਗਏ ਸੀ, ਮੈਂ ਹਾਂਜੀ ਵੀ ਸਾਰਾ ਦੱਸਿਆ। ਓਕੇ, ਬਾਕੀ ਪੁਰਾਣੇ ਕੇਸ ਬਾਰੇ ਪੁੱਛਿਆ ਥੋੜਾ ਜਿਹਾ, ਉਹ ਮੈਂ ਉਹੀ ਦੱਸਤਾ ਉਹਨਾਂ ਨੂੰ ਸਾਰਾ ਵੀ ਆਹ ਮੇਰੇ ਨਾਲ ਕਹਾਣੀ ਵਾਪਰੀ ਸੀ ਜੋ ਵੀ ਸੀਗੀ। ਓਕੇ ਹਾਂਜੀ ਹਾਂਜੀ, ਓਕੇ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ, ਉਸ ਤੋਂ ਬਾਅਦ ਮੈਂ ਸਾਲ ਬਾਅਦ ਜੋਬ ਛੱਡਤੀ ਸੀ ਨਾ, ਜੋ ਵੀ ਮੈਂ ਕਰਦਾ ਸੀ ਪਲੰਬਰ ਦੀ, ਕਿਉਂ ਛੱਡੀ? ਕਹਿੰਦੇ ਤੁਸੀਂ ਕੈਨੇਡਾ ਵੀਜ਼ਾ ਤੁਹਾਨੂੰ ਨਹੀਂ ਮਿਲਿਆ ਤਾਂ ਕਰਕੇ ਛੱਡਤੀ। ਮੈਂ ਕਿਹਾ ਨਹੀਂ, ਐਸੀ ਗੱਲ ਨਹੀਂ ਸੀ ਵੀ ਮੇਰਾ ਆਪਦਾ ਪਰਸਨਲ ਬਿਜ਼ਨਸ ਸੀ ਵੀ ਉਹ ਸਾਂਭਣਾ ਸੀ ਮੈਨੂੰ, ਉਹਦੇ ਚ ਜ਼ਿਆਦਾ ਇਨਕਮ ਸੀ, ਮੈਂ ਉਸ ਲਈ ਸਾਰਾ ਕੁਛ। ਹਾਂਜੀ, ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਆਫਟਰ ਮੈਰਿਜ ਫੋਟੋਗ੍ਰਾਫ ਦਿਖਾਓ। ਤੇ ਮੈਂ ਐਕਚੁਲੀ ਸਾਰੀ ਫੋਟੋ ਨਹੀਂ, ਯਾਨੀ ਕਿ ਮੇਰੇ ਕੋਲ 250-300 ਫੋਟੋ ਸੀ ਸਿੰਘ ਸਰਮਣੀ ਤੋਂ ਲੈ ਕੇ ਅੱਜ ਤੱਕ ਦੀ, ਮੈਂ ਸਾਰਾ ਉਹ ਸੈਟਅਪ ਕਰਕੇ ਲਿਆ ਸੀ ਐਲਬਮ ਦੇ ਵਿੱਚ। ਉਹ ਫਿਰ ਮੈਂ ਉਹਨਾਂ ਨੂੰ ਸਾਰੀ, ਮੈਂ ਕਿਹਾ ਵੀ ਇਹਦੇ ਵਿੱਚ ਨੇ, ਤੁਸੀਂ ਸਟੈਪ ਬਾਈ ਸਟੈਪ ਵੇਖ ਲਓ। ਤੇ ਦੇਖੀਆਂ ਉਹਨਾਂ ਨੇ ਫੋਟੋਗ੍ਰਾਫਸ, ਇੱਕ ਫੋਟੋ ਦੇ ਵਿੱਚ ਮੈਂ ਸੀ, ਮੇਰੀ ਵਾਈਫ ਸੀ ਤੇ ਮੇਰਾ ਭਾਣਜਾ ਸੀ, ਉਹਦਾ ਬਰਥਡੇ ਸੀਗਾ ਵੀ ਉਹ ਕੇਕ ਵਗੈਰਾ ਲੱਗਿਆ ਹੋਇਆ ਸੀ, ਤੇ ਉਹ ਬੱਚੇ ਦਾ ਪੁੱਛਿਆ ਵੀ ਇਹ ਕੌਣ ਹੈ, ਦੱਸਿਆ ਵੀ ਮੇਰਾ ਭਾਣਜਾ। ਓਕੇ, ਫਿਰ ਉਹਨਾਂ ਨੇ ਵਾਈਫ ਦਾ ਪੁੱਛਿਆ ਤੁਹਾਡੇ ਵਾਈਫ ਜਦੋਂ ਇੱਥੋਂ ਗਏ ਸੀ ਕਿੱਥੇ ਰਹੇ? ਮੈਂ ਵੀ ਮੇਰੇ ਕਜ਼ਨ ਦੇ ਵੀ ਕਜ਼ਨ ਕੋਲੇ ਰਹੇ ਉੱਥੇ ਘਰ ਚ, ਕਿ ਤੁਹਾਡੀ ਕਿਹੜਾ ਮੈਰਿਜ ਹੋਈ ਸੀ ਉਦੋਂ? ਮੈਂ ਕਿਹਾ ਵੀ ਮੈਰਿਜ ਤਾਂ ਨਹੀਂ ਹੋਈ ਸੀ, ਬਟ ਸਾਡੀ ਰਿੰਗ ਸੈਰਮਨੀ ਹੋਈ ਵੀ ਸੀ ਉਸ ਟਾਈਮ। ਕਹਿੰਦੇ ਬਸ ਦੈਟਸ ਇਟ, ਠੀਕ ਹੈ। ਫਿਰ ਜੋਬ ਪੁੱਛੀ ਵੀ ਤੁਹਾਡੀ ਵਾਈਫ ਕਦੋਂ ਤੋਂ ਜੋਬ ਕਰ ਰਹੇ ਆ? ਮੈਂ 2017 ਤੋਂ। ਕਹਿੰਦੇ ਰੈਗੂਲਰ? ਮੈਂ ਕਹਿੰਦੇ ਉਹਨੂੰ ਰੈਗੂਲਰ ਨਹੀਂ, ਰੈਗੂਲਰ ਜੁਲਾਈ 2018 ਦੇ ਵਿੱਚ ਸਟੱਡੀ ਕੰਪਲੀਟ ਹੋ ਗਈ ਸੀ, ਮੈਂ ਉਦੋਂ ਵਰਕ ਪਰਮਿਟ ਹੋ ਗਈ ਸੀ। ਓਕੇ, ਉਸ ਤੋਂ ਪਹਿਲਾਂ ਮੈਂ ਕਿਹਾ ਉਹ ਪਾਰਟ ਟਾਈਮ ਜੋਬ ਸੀ। ਓਕੇ, ਹਾਂਜੀ, ਕੀ ਜੋਬ ਕਰਦੇ ਆ, ਕੀ ਉਹਨਾਂ ਦੀ ਜੋਬ ਕੀ ਹੈ, ਉਹ ਸਾਰਾ ਮੈਂ ਦੱਸਿਆ, ਕਿੱਥੇ ਰਹਿੰਦੇ ਆ, ਕਿਹਦੇ ਕੋਲ ਰਹਿੰਦੇ ਆ। That's it. ਕੌਨਸੀ ਗੋਰਾ ਸੀ ਆਪਣਾ, ਕੋਈ ਇੰਡੀਅਨ ਕੋਈ ਬਾਹਰ ਕੈਨ? ਇੰਡੀਅਨ ਲੇਡੀ ਸੀ ਸਰ। ਇੰਡੀਅਨ ਲੇਡੀ ਸੀ, ਅੱਛਾ ਅੱਛਾ ਅੱਛਾ। ਹਾਂਜੀ, ਐਕਚੁਅਲੀ ਉਹ ਮੈਥੋਂ ਇੰਗਲਿਸ਼ ਪੁੱਛ ਰਹੇ ਸੀਗੇ। ਹਾਂ, ਮੈਨੂੰ ਯਾਨੀ ਕਿ ਉਹਨਾਂ ਦੇ ਕੁਐਸਚਨ ਦੀ ਸਮਝ ਆ ਜਾਂਦੀ ਸੀ, ਪਰ ਮੈਂ ਫਿਰ ਆਪਣਾ ਪੰਜਾਬੀ ਚ ਆਨਸਰ ਦਿੰਦਾ ਸੀ, ਪਰ ਉਹ ਪੰਜਾਬੀ ਵੀ ਸਮਝਦੇ ਸੀ ਯਾਨੀ ਕਿ ਟੋਟਲ। ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ। ਨਾਮ ਤੇ ਨਹੀਂ ਪੜਿਆ, ਨਾਮ ਕਿਸੇ ਕੋਈ ਨਾਮ ਪਤਾ ਲੱਗਿਆ ਕਿ ਨਾਮ ਕਿਹਦਾ ਉਹਦੇ? ਨਹੀਂ, ਮੈਨੂੰ ਕਿਤੇ ਦਿਖਿਆ ਨਹੀਂ ਨਾਮ। ਓਕੇ, ਹਾਂਜੀ, ਯਾਨੀ ਕਿ ਆਪਾਂ ਨੂੰ ਜੱਜਮੈਂਟ ਹੋ ਰਹੀ ਸੀ ਵੀ ਉਹ ਇੰਡੀਅਨ ਨੇ ਜਾਂ ਕੁਝ ਵੀ, ਉਹ ਤਾਂ ਪਤਾ ਲੱਗਦਾ ਹੀ ਆਪਾਂ ਨੂੰ। ਸ਼ੋਰ 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 ਸ਼ੋਰ। ਸੋ ਜਦ ਇੰਟਰਵਿਊ ਪੂਰਾ, ਤੁਹਾਡਾ ਸਪਾਊਸ ਵੀਜ਼ਾ ਇੰਟਰਵਿਊ ਪੂਰਾ ਮੁਕੰਮਲ ਹੋ ਗਿਆ, ਫਿਰ ਉਹਨਾਂ ਨੇ ਐਂਡ ਵਿੱਚ ਉਹਨਾਂ ਨੇ ਤੁਹਾਨੂੰ ਕੀ ਦੱਸਿਆ, ਕੀ ਉਹਨਾਂ ਨੇ ਕਨਕਲੂਜਨ ਕੀ ਕੱਢਿਆ ਉਹਨੇ? ਕਨਕਲੂਜਨ ਦੇ ਸਰ ਐਂਡ ਦੇ ਉੱਪਰ ਉਹਨਾਂ ਨੇ ਪਾਸਪੋਰਟ ਦੇਖਿਆ ਮੇਰਾ, ਇਦਾਂ ਵੇਖ ਕੇ ਕੋਈ ਨੰਬਰ ਆਪਣੇ ਕੰਪਿਊਟਰ ਦੇ ਵਿੱਚ ਪਾਇਆ, ਤੇ ਮੇਰੇ ਯਾਨੀ ਕਿ ਡਾਕੂਮੈਂਟ ਉਹਨਾਂ ਨੇ, ਉਸ ਤੋਂ ਬਾਅਦ ਕੀ ਦੇਖਿਆ ਵੀ ਵਾਈਫ ਦੀ ਜੋਬ ਦਿਖਾਓ ਤੁਸੀਂ ਵੀ ਕਿੱਥੇ ਕਰਦੇ ਨੇ। ਮੈਂ ਐਕਚੁਅਲੀ ਉਹ ਕੱਢਿਆ ਯਾਨੀ ਕਿ ਜਿੱਥੇ ਮੇਰੇ ਵਾਈਫ ਦੇ ਡਾਕੂਮੈਂਟ ਸਾਰੇ ਮੇਰੇ ਇੱਕ ਉਹ ਫਾਈਲ ਦੇ ਵਿੱਚ ਸੈਟਅਪ ਕੀਤੇ ਹੋਏ ਸੀ, ਜਦੋਂ ਮੈਂ ਉਹਨਾਂ ਦਾ ਪੇਜ ਕੱਢਿਆ ਵੀ ਜਿੱਥੇ ਉਹ ਜੋਬ ਕਰਦੇ, ਜੋਬ ਲੈਟਰ ਕਹਿ ਲਓ, ਉਹ ਕਹਿੰਦੇ ਤੁਸੀਂ ਇਹ ਸਾਰਾ ਹੀ ਦੇ ਦਿਓ ਮੈਨੂੰ। ਓਕੇ, ਜਿਹਦੇ ਵਿੱਚ ਉੱਪਰ ਵਰਕ ਪਰਮਿਟ ਸੀ, ਫਿਰ ਉਹ ਜੋਬ ਸੀ, ਜੋਬ ਲੈਟਰ ਸੀ, ਫਿਰ ਪੇ ਸਟੈਪ ਸੀਗੀਆਂ ਜਾਂ ਜੋ ਐਵਰੀਥਿੰਗ ਉਹਨਾਂ ਸੀਗਾ, ਉਹਨਾਂ ਨੇ ਦੇਖ ਕੇ ਕਹਿੰਦੇ ਵੀ ਓਕੇ ਆ। ਫਿਰ ਕਹਿੰਦੇ ਤੁਸੀਂ ਰਿਲੇਸ਼ਨਸ਼ਿਪ ਤੁਹਾਡਾ ਹੈਗਾ ਤਾਂ ਉਹਦਾ ਤੁਸੀਂ ਕੀ ਪਰੂਫ ਆ ਤੁਹਾਡੇ ਕੋਲ?
ਮੈਂ ਦੱਸਿਆ ਵੀ ਕਾਲ ਡਿਟੇਲ ਹੈ, ਵਟਸਐਪ ਚੈਟ ਹੈ, ਜਾਂ ਜਿਵੇਂ ਅਸੀਂ ਫਾਈਨੈਂਸ਼ੀਅਲੀ ਇੱਕ ਦੂਜੇ ਦੀ ਸਪੋਰਟ ਕਰਦੇ ਹਾਂ, ਉਹ ਡਿਟੇਲਸ ਆ ਮੇਰੇ ਕੋਲ। ਕਹਿੰਦੇ ਤੁਸੀਂ ਵਟਸਐਪ ਚੈਟ ਦਿਖਾ ਦਿਓ, ਉਹ ਮੈਂ ਕੱਢ ਕੇ, ਯਾਨੀ ਕਿ ਉਹ ਕਾਫੀ ਜ਼ਿਆਦਾ ਸੀ, ਉਹ ਵੀ ਤੁਹਾਨੂੰ ਪਤਾ ਹੀ ਹੈ ਵੀ ਇੰਨੀ ਜ਼ਿਆਦਾ ਸੀ। ਉਹਦੇ ਵਿੱਚੋਂ ਜਦੋਂ ਥੋੜੇ ਜਿਹੇ ਪੇਜ ਕੱਢ ਕੇ ਦਿੱਤੇ ਉਹਨਾਂ ਨੇ, ਇੱਦਾਂ ਇੱਦਾਂ ਦੇਖ ਕੇ ਵਾਪਸ ਕਰਤੇ। ਸ਼ੋਰ, ਹਾਂਜੀ, ਐਂਡ ਉੱਪਰ ਫਿਰ ਉਹਨਾਂ ਨੇ ਪਾਸਪੋਰਟ ਦੇਖ ਕੇ ਤੇ ਉਹਨਾਂ ਨੇ ਆਪਣੇ ਕੰਪਿਊਟਰ ਦੇ ਵਿੱਚ ਵੇਖ ਕੇ ਮੈਨੂੰ ਕਹਿੰਦੇ ਤੁਹਾਡਾ ਮੈਡੀਕਲ ਹੋਇਆ। ਮੈਂ ਕਿਹਾ ਨਹੀਂ। ਤੇ ਪਾਸਪੋਰਟ ਵਾਪਸ ਦੇ ਕੇ ਕਹਿੰਦੇ ਦੈਟਸ ਇਟ, ਤੁਹਾਨੂੰ ਮੇਲ ਆ ਗਈ। ਯਾ, ਮੈਡੀਕਲ ਦਾ ਪੁੱਛਣਾ ਮਤਲਬ ਇਹ ਹੈ ਕਿ ਉਹਨਾਂ ਨੇ ਵੀਜ਼ਾ ਦੇਣ ਦਾ ਤੁਹਾਡਾ ਫੈਸਲਾ ਕਰ ਲਿਆ ਹੈ ਕਿ ਵੀਜ਼ਾ ਉਹਨਾਂ ਨੇ ਤੁਹਾਨੂੰ ਦੇਣਾ। ਅਗਰ ਜੇ ਮੈਡੀਕਲ ਅਗਰ ਹੋਣਾ ਸੀ ਤੁਹਾਡੇ ਕੋਲ ਅੱਜ, ਜਾਂ ਪੋਜ਼ਿਟਿਵ ਮੈਡੀਕਲ ਤੇ ਵੀਜ਼ਾ ਹੁਣ ਤੱਕ ਤੇ ਉਹਨਾਂ ਨੇ ਅਪਰੂਵਲ ਦਾ ਤੁਹਾਨੂੰ ਮੈਸੇਜ ਭੇਜ ਦੇਣਾ ਸੀ। ਸੋ ਦੈਟ ਮੀਨਸ ਕਿ ਤੁਸੀਂ ਮੈਡੀਕਲ ਕਰਾਓਗੇ, ਫਿਰ ਫਿਰ ਅੱਗੇ ਅੱਗੇ ਹੋਏਗਾ ਸ਼ੁਰੂ, ਰਾਈਟ? ਹਾਂਜੀ, ਉਹ ਮੈਡੀਕਲ ਉਹਨਾਂ ਨੇ ਪਾ ਦਿੱਤਾ ਐਕਚੁਅਲੀ। ਯਾ, ਓਕੇ ਓਕੇ, ਚਲੋ ਦੈਟਸ ਪਤਾ ਮੇ ਬੀ। ਯਾ ਯਾ, ਦੈਟਸ ਦੈਟਸ ਫਾਈਨ, ਦੈਟਸ ਫਾਈਨ। ਸੋ ਚਲੋ, ਵਧਾਈਆਂ ਤੁਹਾਨੂੰ ਐਕਚੁਅਲੀ, ਥੈਂਕ ਯੂ ਵੈਰੀ ਮੱਚ। ਕੁਝ ਫਾਇਦਾ ਤੇ ਹੋਇਆ ਮੈਨੂੰ, ਇਹ ਪਤਾ ਕਿ ਤੁਸੀਂ ਪਿਛਲੇ ਹਫਤੇ ਸ਼ਾਇਦ 4-5 ਦਿਨ ਪਹਿਲਾਂ ਆਏ ਸੀ ਤੇ ਆਪਾਂ ਇਹ ਸੋਚ ਰਹੇ ਸੀ, ਤੁਸੀਂ ਵੀ, ਤੁਹਾਡੇ ਮਨ ਚ ਇਹ ਸ਼ੰਕਾ ਸੀ ਕਿ ਵੀ $1,000 ਖਰਚਣੇ ਇੰਟਰਵਿਊ ਟ੍ਰੇਨਿੰਗ ਲਈ, ਇਹਦਾ ਕੋਈ ਮੁੱਲ ਵੀ ਸਾਨੂੰ ਪੈਣਾ ਕਿ ਨਹੀਂ, ਇਹਦਾ ਕੀ ਫਾਇਦਾ ਹੈ? ਨਹੀਂ ਸਰ, ਪੋਸੀਬਲ ਨਹੀਂ ਸੀ ਤੁਹਾਡੇ ਨਾਲ, ਉਹੀ ਕੁਐਸਚਨ ਸੇਮ ਸਬ ਐਵਰੀਥਿੰਗ ਕੁਐਸਚਨਸ ਮੋਰ ਔਰ ਲੈਸ ਕੁਐਸਚਨਸ ਉਹੀ ਆਏ ਮੇਰੇ ਖਿਆਲ 90% ਤੋਂ ਜ਼ਿਆਦਾ ਵੱਧ ਕੁਐਸਚਨਸ ਉਹੀ ਆਏ ਨੇ ਕਿ ਨਹੀਂ? ਹਾਂਜੀ ਹਾਂਜੀ ਸਰ, ਓਕੇ, ਉਹੀ ਉਹੀ ਸਰ, 90% ਉਹੀ ਕੁਐਸਚਨ। ਇੱਕ ਦੋ ਗੱਲਾਂ ਜਿਹੜੀ ਤੁਸੀਂ ਮੈਨੂੰ ਦੱਸੀ ਹੈ ਉਹਦੇ ਨਾਲ ਵੀ ਸਾਨੂੰ ਤਸੱਲੀ ਹੋ ਗਈ ਕਿ ਅਸੀਂ ਸਹੀ ਸੋਚ ਕਰਕੇ ਜਾ ਰਹੇ ਹਾਂ। ਇੱਕ ਤੇ ਜਿਹੜਾ ਉਹਨਾਂ ਨੇ ਤੁਹਾਡੇ ਤੋਂ ਮੰਗੀ ਜਿਹੜੀ ਫੋਟੋਗ੍ਰਾਫਸ ਤੇ ਚੈਟ ਹਿਸਟਰੀ, ਕਈ ਵਾਰ ਆਪਾਂ ਗਲਤੀ ਕਰ ਦਿੰਦੇ, ਕਹਿੰਦੇ ਹਾਂ ਕਿ ਵੀ ਨਹੀਂ ਜੀ ਸਾਡੇ ਕੋਲ ਹੈ ਨਹੀਂ, ਉਹਦੇ ਜੀ ਫੋਨ 'ਤੇ ਸੇਵਡ ਹੈ ਜੀ, ਉਹ ਬਾਹਰ ਪਿਆ ਜੀ ਫੋਨ, ਅਤੇ ਉਹ ਫਿਰ ਗਲਤ ਕੰਮ ਗਲਤ ਹੋ ਜਾਂਦਾ, ਉੱਥੇ ਕੰਮ ਗਲਤ ਹੋ ਗਿਆ। ਦੂਸਰਾ, ਹਸਬੈਂਡ ਨੂੰ ਪਤਾ ਨਹੀਂ ਹੁੰਦਾ ਕਿ ਵੀ ਵਾਈਫ ਕਿੱਥੇ ਕੰਮ ਕਰ ਰਹੀ ਹੈ, ਕਿੰਨੀ ਸੈਲਰੀ ਹੈ, ਕਿੱਥੇ ਰਹਿ ਰਹੀ ਹੈ, ਵਗੈਰਾ ਵਗੈਰਾ। ਕਈ ਗੱਲਾਂ ਹੁਣ ਫਿਰ ਇੰਨੇ ਟਾਈਮ ਦਾ ਮੇਰੇ ਯਾਦ ਨਹੀਂ ਰਹਿੰਦਾ। That's right. ਤਕਰੀਬਨ ਕਾਫੀ ਕੁਐਸਚਨਸ ਕੀਤੇ ਉਹਨਾਂ ਨੇ ਮੈਨੂੰ। ਇੱਕ ਚੀਜ਼ ਹੋਰ ਤੁਹਾਡੇ ਨਾਲ ਮੈਂ ਕਨਫਰਮ ਕਰਾਂਗਾ, ਜਦ ਤੁਸੀਂ ਪਹਿਲਾਂ ਆਪਾਂ ਇਹ ਡਿਸਕਸ ਕਰ ਰਹੇ ਸੀ, ਕਿਉਂਕਿ ਤੁਹਾਡਾ ਅੱਜ ਤੋਂ 5-6 ਸਾਲ ਵੀ ਤੁਹਾਡਾ ਜਿਹੜਾ ਕੇਸ ਵਿਗੜ ਗਿਆ ਸੀ, ਆਈ ਡੋਂਟ ਵਾਂਟ ਟੂ ਟਾਕ ਅਬਾਊਟ ਕਿ ਕੀ ਪ੍ਰੋਬਲਮ ਸੀ, ਪਰ ਆਹ ਜਿਹੜਾ ਇੰਟਰਵਿਊ ਆਇਆ, ਤੁਹਾਡੇ ਮਨ 'ਚ ਵੀ ਇਹ ਸ਼ਾਇਦ ਸ਼ੱਕ ਸੀ ਕਿ ਵੀ ਇਹ ਉਸ ਪੁਰਾਣੇ ਕੇਸ ਦੇ ਬਾਰੇ ਉਹਨਾਂ ਨੇ ਡਿਸਕਸ ਜ਼ਿਆਦਾ ਕਰਨਾ ਹੈ ਕਿ ਅੱਜ ਦੇ ਕੇਸ ਸਪਾਊਸ ਵੀਜ਼ਾ ਦੇ ਬਾਰੇ ਕਰਨਾ ਹੈ, ਅਤੇ ਮੇਰਾ ਖਿਆਲ ਸੀ ਕਿ ਵੀ ਉਹਨਾਂ ਨੂੰ ਟੱਚ ਜ਼ਰੂਰ ਕਰਾਂਗੇ, ਲੇਕਿਨ ਅੱਜ ਦਾ ਜਿਹੜਾ ਇੰਟਰਵਿਊ ਹੈ ਉਹ ਸਪਾਊਸ ਵੀਜ਼ਾ ਹੈ, ਪੁਰਾਣੇ ਕੇਸ ਬਾਰੇ ਡਿਸਕਸ ਕਰਨਾ ਨਹੀਂ ਹੈ। ਸਰ, ਵਾਇਸ ਨਹੀਂ ਕਲੀਅਰ ਆ ਰਹੀ ਤੁਹਾਡੀ, ਕੱਟ ਕੱਟ ਕੇ ਆ ਰਹੀ, ਦੁਬਾਰਾ ਰਿਪੀਟ ਕਰੋਗੇ? ਜੋ ਤੁਹਾਡਾ ਪੁਰਾਣਾ ਕੇਸ ਵਿਗੜ ਗਿਆ ਸੀ ਨਾ ਅੱਜ ਤੋਂ ਹਫਤਾ, ਸੋਰੀ, ਕਲੋਜ਼ ਟੂ 10 ਈਅਰਸ ਅਗੋ ਜਾਂ 7 ਈਅਰਸ ਅਗੋ। ਸੋ ਉਸ ਕੇਸ ਦੇ ਬਾਰੇ ਆਪਾਂ, ਸਾਨੂੰ ਪਹਿਲਾਂ ਪਤਾ ਸੀ ਕਿ ਉਸ ਕੇਸ ਦੇ ਬਾਰੇ ਡਿਸਕਸ਼ਨ ਨਹੀਂ ਹੋਣਾ, ਆਹ ਜਿਹੜਾ ਇੰਟਰਵਿਊ ਦਾ ਮਕਸਦ ਹੈ ਉਹ ਸਪਾਊਸ ਦੇ ਰਿਲੇਸ਼ਨਸ਼ਿਪ ਦੇ ਬਾਰੇ ਡਿਸਕਸ ਹੋਣਾ ਹੈ। ਹਾਂਜੀ ਹਾਂਜੀ ਸਰ, ਮੇਨ ਰਿਲੇਸ਼ਨਸ਼ਿਪ ਦੇ ਬਾਰੇ ਸੀ। ਠੀਕ ਹੈ, ਚਲੋ, ਕੰਗ੍ਰੈਚੁਲੇਸ਼ਨਸ, $1,000 ਤੁਹਾਡੇ ਜਿਹੜੇ ਪੂਰੇ ਹੋ ਗਏ, $1,000 ਦਾ ਤੁਹਾਨੂੰ ਫਾਇਦਾ ਹੋ ਗਿਆ। ਆਮਨ ਥਿੰਕ ਆਫ ਦਿਸ, ਜੇ ਵੀਜ਼ਾ ਨਹੀਂ ਮਿਲਦਾ, ਫਿਰ ਤੁਹਾਡੇ ਮਨ 'ਚ ਇਹ ਹੋਣਾ ਸੀ ਕਿ ਵੀ ਆਪਾਂ ਕਿਹੜੀ ਕੁਛ ਵੀ ਕੀਮਤ ਦੇ ਕੇ ਕਿਸੇ ਤਰੀਕੇ ਨਾਲ ਕਰਕੇ ਆਪਾਂ ਕਿਸ ਤਰ੍ਹਾਂ ਪਹੁੰਚ ਜਾਈਏ, ਕਿਸ ਤਰ੍ਹਾਂ ਵੀਜ਼ਾ ਲੱਗ ਜਾਏ, ਫਿਰ ਮਤਲਬ ਪੈਸੇ ਨੂੰ ਉਹ ਹੀ ਨਹੀਂ ਹੁਣ ਦੇਖਣਾ ਸੀ ਵੀ, ਫਿਰ ਭਾਵੇਂ ਕੋਈ ਕੰਸਲਟੈਂਟ ਕਹਿੰਦਾ ਕਿ ਜੇ ₹1,00,000 ਲੱਗਣੇ, ₹2,00,000 ਲੱਗਣੇ, ਆ ਭਾਵੇਂ, ਯੂ ਨੋ, ਵਟ ਐਵਰ। ਸੋ ਪਰ ਅਸੀਂ ਐਕਚੁਲੀ ਇਹ $1,000 ਅਸੀਂ ਫੀਸ ਰੱਖੀ ਹੈ ਇੰਟਰਵਿਊ ਦੀ, ਮੈਨੂੰ ਲੱਗਦਾ ਕਿ ਬਹੁਤ ਹੀ ਪ੍ਰੈਕਟੀਕਲ ਹੈ। ਜ਼ਿਆਦਾ ਕਿੰਨੇ ਸਾਲ ਹੋ ਗਏ ਉਡੀਕ ਕਰਦੇ ਹੋ ਕੈਨੇਡਾ ਵੀਜ਼ਾ ਲਈ? ਕਿੰਨੇ ਸਾਲ ਹੋ ਗਏ? 2014 ਤੋਂ ਸਟਾਰਟ ਕੀਤਾ। 2014 ਚ ਅਪਲਾਈ ਕੀਤਾ ਜੀ, ਫਸਟ ਟਾਈਮ ਹੀ ਮੈਰਿਜ ਹੋਈ ਨੂੰ ਵੀ ਸਾਡੇ ਤਕਰੀਬਨ 3 ਸਾਲ, ਪੌਣੇ 3 ਸਾਲ ਹੋ ਗਏ ਮੈਰਿਜ ਹੋਈ ਨੂੰ ਵੀ, ਅਲੱਗ ਰਹਿ ਰਹੇ ਹਾਂ ਵੀ ਲੋਕ। ਚਲੋ, ਕੰਗ੍ਰੈਚੁਲੇਸ਼ਨਸ ਵਨ ਮੋਰ ਟਾਈਮ। ਜੀਜਾ ਜੀ ਹੈ ਤੁਹਾਡੇ ਬੈਠੇ ਹੈ ਜਰਾ, ਉਹਨਾਂ ਨੂੰ ਵੀ ਦਰਸ਼ਨ ਕਰਾ ਦਿਓ ਜਰਾ।
ਇੱਕ ਮਿੰਟ ਸਰ, ਉਹ ਐਕਚੁਅਲੀ ਆ ਰਹੇ ਆ, ਇੱਕ ਮਿੰਟ। ਆਓ ਜੀ, ਬਾਈ ਜੀ ਗੱਲ ਕਰਨੀ ਹੈ। ਮੇਰਾ ਧੰਨਵਾਦ ਨਹੀਂ ਹੈ, ਇਹ ਤੇ ਗੁਰੂ ਨਾਨਕ ਦਾ ਧੰਨਵਾਦ ਹੈ ਐਕਚੁਅਲੀ, ਜੋ ਜਿਨ੍ਹਾਂ ਨੇ ਸੰਯੋਗ ਕਰਕੇ ਇੱਕ ਦੂਜੇ ਨੂੰ ਮਿਲਾਇਆ। ਇਹਨਾਂ ਨੇ ਕੁਛ ਆਪਣੀ ਵੀ ਮਿਹਨਤ ਕੀਤੀ, ਇਹਨਾਂ ਨੇ ਆਪਣੇ ਕੁਐਸਚਨਸ ਦੇ ਆਨਸਰ ਤਿਆਰ ਕਰਕੇ, ਫਿਰ ਦੂਸਰੀ ਵਾਰ ਤੀਸਰੀ ਵਾਰ ਤੱਕ ਜਦ ਇਹਨਾਂ ਦਾ ਪ੍ਰੈਕਟਿਸ ਆਪਾਂ ਕਰ ਰਹੇ ਸੀ, ਮੈਨੂੰ ਲੱਗਿਆ ਸੀ ਕੋਨਫੀਡੈਂਸ ਵਿੱਚ ਕਾਫ਼ੀ ਦਾ ਇਜ਼ਾਫਾ ਹੋਇਆ ਅਤੇ ਕਾਫ਼ੀ ਇੱਕ ਤਿਆਰੀ 'ਚ ਆ ਗਏ ਹਾਂ। ਸੋ ਸ਼ੁਕਰ ਹੈ ਸਾਰੇ, ਜਿਹੜਾ ਜਿਹੜਾ ਸਬਬ ਬਣਿਆ, ਸਾਰਾ ਸੰਯੋਗ ਬਣਿਆ ਅਤੇ ਉਹਦੇ ਨਾਲ ਇਹਨਾਂ ਦਾ ਕੰਮ ਹੋ ਗਿਆ, ਅਤੇ ਕੰਗ੍ਰੈਚੁਲੇਸ਼ਨਸ ਇਹਨਾਂ ਨੂੰ ਵੀ, ਤੁਹਾਨੂੰ ਵੀ। ਤੁਸੀਂ ਵੀ ਪਹਿਲਾਂ ਮੈਨੂੰ ਕੋਈ ਕੁਐਸਚਨ ਪੁੱਛ ਰਹੇ ਸੀ, ਪਹਿਲਾਂ ਉਹਦਾ ਮੈਂ ਜਵਾਬ ਉਸ ਟਾਈਮ ਮੇਰੇ ਖਿਆਲ ਮੈਂ ਤੁਹਾਨੂੰ ਦੇ ਚੁੱਕਿਆ ਸੀ, ਯਾਦ ਹੈ? ਚਲੋ ਥੈਂਕ ਯੂ। ਹਾਂਜੀ, ਮੈਨੂੰ ਲੱਗਦਾ ਕਿ ਪੰਜਾਬ 'ਚ ਕੋਈ ਕੋਈ ਨਹੀਂ ਉੱਥੇ ਰਹਿਣਾ ਚਾਹੁੰਦਾ ਹੈ, ਉਹ ਸਾਰੇ ਸਾਰੇ ਨੂੰ ਹੈ ਕਿ ਵੀ ਆਪਾਂ ਪੰਜਾਬ ਖਾਲੀ ਕਰਕੇ ਕੈਨੇਡਾ ਨੂੰ ਆਉਣਾ ਹੈ। ਮੈਨੂੰ ਤਾਂ ਅੱਜ ਤੱਕ ਕੋਈ ਮਿਲਿਆ ਹੀ ਨਹੀਂ ਜਿਹੜਾ ਕਹਿੰਦਾ ਕਿ ਮੈਂ ਇੱਥੇ ਰਹਿ ਕੇ ਕੁਛ ਕੰਮ ਕਰਨਾ। ਮੈਂ ਕਹਿੰਦਾ ਵੀ ਚਲੋ ਵੀ ਅਗਲਾ ਜਾ ਰਿਹਾ ਤੇ ਮੇਰਾ ਵੀ ਕੰਮ। ਮੈਂ ਤਾਂ ਮਜ਼ਾਕ ਕਰ ਰਿਹਾ ਸਰ, ਮੈਂ ਨਾ ਇੱਕ ਕੰਸਰਨ ਤੁਹਾਡੇ ਨਾਲ ਡਿਸਕਸ ਕਰਨਾ ਸੀਗਾ। ਓਕੇ, ਅੱਜ ਸਰ ਮੈਂ ਨਾਲ ਗਿਆ ਸੀ ਇੰਟਰਵਿਊ ਲਈ ਇਹਦੇ ਐਮਬੈਸੀ ਦੇ ਵਿੱਚ। ਉੱਥੇ ਨਾ ਸਰ ਮੈਂ ਜਿਹੜੇ ਨਵੇਂ ਮੁੰਡੇ ਜਿਹਨਾਂ ਦੀ ਮੈਰਿਜ ਹੋਈ ਹੈ ਉਹ ਦੇਖੇ, ਉਹ ਪਾਰਟੀ ਵੇਅਰ ਸੂਟ ਪਾ ਕੇ ਆਉਂਦੇ ਇੰਟਰਵਿਊ ਦੇਣ ਲਈ। ਓ ਮਾਈ ਗੋਡ, ਓ ਮਾਈ ਗੋਡ, ਨਾ ਨਾ, ਉਹ ਆਲਮੋਸਟ ਜੋ ਆਪਦੀ ਮੈਰਿਜ ਤੇ ਤਿਆਰ ਹੋਏ ਹੁੰਦੇ, ਜਿਵੇਂ ਆਪਾਂ ਨੇ ਬਲੇਜ਼ਰਸ, ਕੋਟ ਪੈਂਟ ਵਿਦ ਬਾਸਕਟਸ, ਹਨਾ, ਕਲਰਡ ਬਾਸਕਟਸ ਨਹੀਂ ਹੁੰਦੀਆਂ ਆਪਣੀਆਂ। ਸਮਝ ਗਏ, ਜ਼ਰੂਰ ਤੁਸੀਂ ਥੋੜਾ ਬੱਚਿਆਂ ਨੂੰ ਗਾਈਡ ਕਰੋ ਕਿ ਇਹ ਨੀ ਹੁੰਦਾ ਵੀ ਆਪਾਂ ਕੋਟ ਪੈਂਟ ਪਾ ਕੇ ਇੰਟਰਵਿਊ ਕਲੀਅਰ ਕਰ ਸਕਦੇ ਹਾਂ। ਪਹਿਲੀ ਗੱਲ ਉਹਦੇ ਬਾਅਦ ਤੁਹਾਨੂੰ ਆਂਕੜੇ ਤੁਹਾਨੂੰ ਦੱਸਦਿਆਂ ਕਿ ਜਿੰਨੇ ਵੀ ਲੋਕ ਸਪਾਊਸ ਵੀਜ਼ਾ ਅਪਲਾਈ ਕਰਦੇ ਹੈ, ਕਰੀਬ ਕਰੀਬ ਜਿਹੜਾ ਸਟੈਟਿਸਟਿਕਸ ਸ਼ੋ ਕਰ ਰਿਹਾ ਹੈ, ਰੋਜ਼ ਦੇ ਕਰੀਬ 100 ਵੀਜ਼ਾ ਐਵਰੀ ਡੇ, ਐਟਲੀਸਟ ਐਵਰੀ ਡੇ ਹੈ ਦਿੱਲੀ ਹਾਈ ਕਮਿਸ਼ਨ ਦੇ ਕਰੀਬ ਕਰੀਬ। ਜੋ ਇਹਨਾਂ ਦਾ ਇੱਕ ਰਿਫਿਊਜ਼ਲ ਰੇਟ ਹੈ ਉਹ ਹੈ ਕਰੀਬ ਕਰੀਬ 60% ਰਿਫਿਊਜ਼ਲ ਰੇਟ ਹੈ, 60%। ਡੈਟ ਮੀਨਸ ਕਿ ਸਿਰਫ 40% ਕੇਸ ਪਾਸ ਹੋਣਗੇ। ਜਿਹੜੇ 40% ਜਿਹੜੇ ਸਕਰੀਨ ਹੁੰਦੇ ਆ ਉਹਦੇ ਵਿੱਚ ਤੁਸੀਂ ਮੰਨ ਕੇ ਚੱਲੋ ਕਿ ਕਰੀਬ ਕਰੀਬ 1/3 ਨੂੰ ਇੰਟਰਵਿਊ ਲਈ ਕਾਲ ਕਰਦੇ ਆ, ਤੇ ਇੰਟਰਵਿਊ ਕਾਲ ਉਹਨਾਂ ਨੂੰ ਵੀ ਕਰਦੇ ਜਦ ਕਾਫੀ ਗੱਲਾਂ ਜਿਹੜੇ ਤੁਹਾਡੇ ਜਿਹੜੇ ਕਾਗਜ਼ਾਂ ਤੋਂ ਕਲੀਅਰ ਨਹੀਂ ਹੁੰਦੀ। ਜਦ ਤੁਸੀਂ ਕੰਸਲਟੈਂਟ ਤੋਂ, ਕਿਸੇ ਵੀ ਕੰਸਲਟੈਂਟ ਤੋਂ ਕੇਸ ਲਵਾਇਆ, ਕੰਸਲਟੈਂਟ ਨੇ ਪ੍ਰੋਪਰ ਤਰੀਕੇ ਨਾਲ ਉਹਨੂੰ ਸਮਝਾਇਆ ਨਹੀਂ, ਰਿਲੇਸ਼ਨਸ਼ਿਪ ਹਿਸਟਰੀ ਨੂੰ ਥੋੜਾ ਖੋਲ ਕੇ ਨਹੀਂ ਦੱਸਿਆ, ਜਾਂ ਫੋਟੋਗ੍ਰਾਫ ਮਿਸਿੰਗ ਹੈ ਵਗੈਰਾ, ਜੋ ਵੀ ਕੁਝ ਮਿਸਿੰਗ ਹੈ, ਜਾਂ ਕੋਈ ਹੋਰ ਵੀ ਕੋਈ ਡਾਊਟ ਹੋ ਸਕਦਾ, ਉਸ ਡਾਊਟ ਨੂੰ ਕਲੀਅਰ ਕਰਨ ਲਈ ਇੰਟਰਵਿਊ ਨੂੰ ਉਹਨੂੰ ਕਾਲ ਕੀਤਾ ਜਾਂਦਾ ਹੈ। ਫਿਰ ਜਾ ਕੇ ਅਗਰ ਇੰਟਰਵਿਊ ਵਿੱਚ ਜਿਹੜੇ ਹੁਣ ਸਵਾਲ, ਤੁਹਾਨੂੰ ਪਤਾ ਹੀ ਹੈ ਕਿਹੜੇ ਕਿਹੜੇ ਸਵਾਲ ਪੁੱਛੇ ਗਏ, ਇੰਟਰਵਿਊ ਦਾ, ਇੰਟਰਵਿਊ ਵਿੱਚ ਅਗਰ ਤੁਹਾਡੇ ਜਵਾਬ ਅਗਰ ਤਸੱਲੀ ਬਖਸ਼ ਨਹੀਂ ਹੈ, ਦੈਟ ਮੀਨਸ ਕਿ ਇਨ ਡਿਟੇਲ ਨਹੀਂ ਹੈ, ਸੋ ਇੱਥੇ ਵੀ ਹੁਣ ਕੰਮ ਰਿਫਿਊਜ਼ ਹੋ ਸਕਦਾ ਸੀ, ਪਰ ਇਹ ਹੁਣ ਸਾਰੇ ਸਾਰੇ ਸਟੇਜਾਂ ਨੂੰ ਇਹ ਕ੍ਰੋਸ ਕਰ ਚੁੱਕੇ ਹੈ, ਅਤੇ ਇਹਨਾਂ ਨੂੰ ਵਧਾਈ। ਬਾਕੀ ਜਿਹੜਾ ਤੁਸੀਂ ਕਿਹਾ ਕਿ ਵੀ ਜੇ ਲੋਕ ਜਿਹੜੇ ਤਿਆਰ ਹੋ ਕੇ ਆ ਰਹੇ, ਇਸ ਸਟੇਜ 'ਤੇ ਭਾਵੇਂ ਤੁਸੀਂ ਤਿਆਰ ਹੋ ਕੇ ਆਓ ਜਾਂ ਪਜਾਮਾ ਕੁੜਤਾ ਪਾ ਕੇ ਆਓ ਜਾਂ ਚੱਪਲ ਪਾ ਕੇ ਆਓ, ਇਟ ਇਜ਼ ਨੋਟ ਗੋਇੰਗ ਟੂ ਮੇਕ ਐਨੀ ਡਿਫਰੈਂਸ। ਹਾਂਜੀ ਹਾਂਜੀ, ਚਲੋ ਸਰ, ਸਾਡਾ ਤਾਂ ਵੈਸੇ ਵੀ ਕੇਸ ਕੰਪਲਿਕੇਟਡ ਸੀ, ਮਿਸ ਰੀਪ੍ਰੈਜੈਂਟੇਸ਼ਨ ਦਾ ਕੇਸ ਸੀ। ਥੈਂਕ ਯੂ ਸੋ ਮੱਚ, ਆਈ ਨੋ ਬਹੁਤ ਹੈਲਪ ਕੀਤੀ। ਹਾਂਜੀ, ਆਈ ਨੋ, ਮੇਰਾ 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 ਥੈਂਕ ਯੂ ਨਹੀਂ, ਥੈਂਕ ਯੂ ਮੈਂ ਕਰਾਂਗਾ ਸੁਖਮਨਜੀਤ ਸਿੰਘ ਦੇ, ਜਿਨ੍ਹਾਂ ਨੇ ਇੰਟਰਵਿਊ ਦੀ ਟ੍ਰੇਨਿੰਗ ਕਰਾਈ ਹੈ ਇਹਨਾਂ ਦੀ। ਹਾਂਜੀ ਹਾਂਜੀ, ਥੈਂਕ ਯੂ ਉਹਨਾਂ ਦਾ ਪਕੜਨਾ ਹੈ, ਅਤੇ ਬਹੁਤ ਬਹੁਤ ਵਧਾਈਆਂ, ਅਤੇ ਆਪਣੇ ਵਾਈਫ ਨੂੰ ਵੀ ਯੂ ਨੋ ਲੈਟ ਆ ਨੋ, ਅਤੇ ਮੇਰੇ ਖਿਆਲ ਹੈ ਕਿ ਤੁਸੀਂ ਆਪਣਾ
ਕ੍ਰਿਸਮਸ ਆਉਣ ਵਾਲੀ ਹੈ ਤੇ ਇਸ ਮਹੀਨੇ ਜਿੰਨੇ ਲੋਕ ਆ ਰਹੇ ਹੈ ਤੇ ਮੈਂ ਸਮਝਦਾ ਕਿ ਉਹਨਾਂ ਦੇ ਬਹੁਤ ਵੱਡੇ ਭਾਗ ਹੈ ਜੇ ਵਧੀਆ ਟਾਈਮ ਫੈਸਟੀਵਲ ਟਾਈਮ 'ਚ ਆ ਰਹੇ ਹੈ ਜੀ ਸਰ ਕੈਨੇਡਾ ਦੀ ਅਸਲੀ ਰੌਣਕ ਦੇਖਣ ਨੂੰ ਮਿਲੇਗੀ ਇਹਨਾਂ ਨੂੰ ਹਾਂਜੀ ਹਾਂਜੀ ਸਰ ਠੀਕ ਹੈ ਚਲੋ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ